ਗੱਲ ਕਰੀਏ ਐਗਜ਼ਾਮ ਤਾਂ ਤੁਹਾਡਾ ਬਹੁਤ ਪਹਿਲਾਂ ਹੋ ਚੁੱਕਾ ਸੀ, ਅੱਜ ਰਿਜ਼ਲਟ ਲੈਣ ਆਇਆ ਸੀ, ਰਿਜ਼ਲਟ ਕਿਵੇਂ ਨਿਕਲੇ? ਰਿਜ਼ਲਟ ਤਾਂ ਬਹੁਤ ਵਧੀਆ ਨਿਕਲਿਆ ਜੀ, ਮੈਂ ਹੁਣ ਸਾਰੀ ਆਡੀਅੰਸ ਦੇ ਜੋ ਬਾਹਰ ਨਿਕਲ ਰਹੇ ਨੇ ਫਿਲਮ ਦੇਖ ਕੇ, ਉਹਨਾਂ ਦੇ ਰਿਐਕਸ਼ਨਸ ਦੇਖ ਰਹੀ ਹਾਂ, ਉਹਨਾਂ ਦੇ ਫੀਡਬੈਕ ਲੈ ਰਹੀ ਹਾਂ, ਸਾਰੇ ਕਹਿ ਰਹੇ ਆ ਕਿ ਸਾਰੀ ਡਿਊਟੀ ਫਿਲਮ 'ਚ ਹਸਾਨ ਨਹੀਂ ਸੀਗੀ, ਮੇਰੀ ਰਿਵਾਜ ਵਾਲੀ ਸੀ, ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਜੋ ਕੈਰੇਕਟਰ ਮੈਨੂੰ ਸੌਂਪਿਆ ਗਿਆ ਸੀਗਾ, ਜੋ ਮੈਨੂੰ ਦਿੱਤਾ ਗਿਆ ਸੀ, ਮੈਂ ਉਹਨੂੰ ਵਧੀਆ ਦਿਲੋ ਚਾਰ ਨਾਲ ਨਿਭਾਇਆ, ਲੋਕਾਂ ਤੱਕ ਵੀ ਉਹ ਪਹੁੰਚਿਆ, ਲੋਕਾਂ ਨੂੰ ਵਧੀਆ ਲੱਗਿਆ। ਇਸ ਗੱਲ 'ਤੇ ਅਸੀਂ ਵੀ ਗਵਾਵਾਂ ਕਿ ਤੁਹਾਡੀ ਜਿਹੜੀ ਐਕਟਿੰਗ ਸੀਗੀ ਔਰ ਗਾਉਣ ਵਾਲੀ ਸੀਗੀ, ਅਸੀਂ ਥੀਏਟਰ ਦੇ ਵਿੱਚ ਜਦੋਂ ਫਿਲਮ ਦੇਖਦੇ ਸੀ, ਅਸੀਂ ਕਾਫੀ ਲੋਕਾਂ ਨੂੰ ਰੋਂਦੇ ਵੀ ਦੇਖਿਆ ਤੁਹਾਡੀ ਐਕਟਿੰਗ ਜੀ, ਬਿਲਕੁਲ ਦੇਖਿਆ ਸੀ। ਮੈਨੂੰ ਲੱਗਾ ਕਿ ਬਹੁਤ ਰੀਅਲਿਸਟਿਕ ਜਿਹਾ ਹੋਰਰ ਦਿਖਾਇਆ ਹੈ, ਬਹੁਤ ਵਧੀਆ ਹੈ, ਜਿੱਥੋਂ ਉਹ ਤੰਨੀ ਬਾਣੀ ਆ ਕੇ ਐਂਡ ਵਿੱਚ ਆਪਣੀਆਂ ਲਾਈਨਸ ਬੋਲਦੀ ਹੈ ਕਿ ਮੈਂ ਵੀ ਤੰਨੀ ਹੈ, ਆਲ ਆਫ ਦੈਟ, ਮਤਲਬ ਬਿਲਕੁਲ ਦਿਲ ਨੂੰ ਟੱਚ ਕਰਦੀ ਹੈ ਚੀਜ਼, ਐਂਡ ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਹੈ ਜੀ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਸਾਡੇ ਨਾਲ, ਬਹੁਤ ਹੀ ਜਿਹੜੇ ਕਲੀ ਖੂਬਸੂਰਤ ਅਦਾਕਾਰ ਆ ਪੰਜਾਬੀ ਇੰਡਸਟਰੀ ਦੇ, ਆਕਾਂਸ਼ਾ ਸਰੀਨ ਜੀ ਜੁੜੇ ਹੋਏ ਨੇ, ਮੈਮ ਸਵਾਗਤ ਹੈ ਸਕਰੋਲ ਪੰਜਾਬ ਦੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਮ ਜੇ ਗੱਲ ਕਰੀਏ ਐਗਜ਼ਾਮ ਤਾਂ ਤੁਹਾਡਾ ਬਹੁਤ ਪਹਿਲਾਂ ਹੋ ਚੁੱਕਾ ਸੀ, ਅੱਜ ਰਿਜ਼ਲਟ ਲੈਣ ਆਇਆ ਸੀਗਾ, ਰਿਜ਼ਲਟ ਕਿਵੇਂ ਨਿਕਲੇ ਇਹ ਦੱਸੋ। ਰਿਜ਼ਲਟ ਤਾਂ ਬਹੁਤ ਵਧੀਆ ਨਿਕਲਿਆ ਜੀ, ਮੈਂ ਹੁਣ ਸਾਰੀ ਆਡੀਅੰਸ ਦੇ ਜੋ ਬਾਹਰ ਨਿਕਲ ਰਹੇ ਨੇ ਫਿਲਮ ਦੇਖ ਕੇ, ਉਹਨਾਂ ਦੇ ਰਿਐਕਸ਼ਨਸ ਦੇਖ ਰਹੀ ਹਾਂ, ਉਹਨਾਂ ਦੇ ਫੀਡਬੈਕ ਲੈ ਰਹੀ ਹਾਂ, ਸਾਰੇ ਕਹਿ ਰਹੇ ਆ ਕਿ ਸਾਰਿਆਂ ਦੀ ਡਿਊਟੀ ਫਿਲਮ 'ਚ ਹਸਾਨ ਲਈ ਸੀਗੀ, ਤੇਰੀ ਰਵਾਨ ਵਾਲੀ ਸੀਗੀ, ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਜੋ ਕੈਰੈਕਟਰ ਮੈਨੂੰ ਸੌਂਪਿਆ ਗਿਆ ਸੀਗਾ, ਜੋ ਮੈਨੂੰ ਦਿੱਤਾ ਗਿਆ ਸੀ ਕਿ ਮੈਂ ਉਹਨੂੰ ਵਧੀਆ ਆਪਣੇ ਦਿਲੋਂ ਜਾਨ ਨਾਲ ਨਿਭਾਇਆ, ਲੋਕਾਂ ਤੱਕ ਵੀ ਉਹ ਪਹੁੰਚਿਆ, ਲੋਕਾਂ ਨੂੰ ਵਧੀਆ ਲੱਗਾ। ਇਸ ਗੱਲ 'ਤੇ ਅਸੀਂ ਵੀ ਗਵਾਵਾਂ ਕਿ ਤੁਹਾਡੀ ਜਿਹੜੀ ਐਕਟਿੰਗ ਸੀਗੀ ਉਹ ਰਵਾਉਣ ਵਾਲੀ ਸੀਗੀ, ਅਸੀਂ ਥੀਏਟਰ ਦੇ ਵਿੱਚ ਜਦੋਂ ਫਿਲਮ ਦੇਖਦੇ ਸੀ, ਅਸੀਂ ਕਾਫੀ ਲੋਕਾਂ ਨੂੰ ਰੋਂਦੇ ਵੀ ਦੇਖਿਆ ਤੁਹਾਡੀ ਐਕਟਿੰਗ ਜੀ, ਬਿਲਕੁਲ ਦੇਖਿਆ ਸੀ। ਅਤੇ ਹੋਰ ਜੇ ਆਪਾਂ ਗੱਲ ਕਰੀਏ ਫਿਲਮ ਦੇ ਵਿੱਚ ਕੋਮੇਡੀ ਵੀ ਸੀਗੀ, ਸੋਸ਼ਲ ਟੋਪਿਕਸ ਵੀ ਸੀਗੇ, ਹੋਰਰ ਵੀ ਸੀਗਾ, ਹੋਰਰ ਨੂੰ ਕਿਵੇਂ ਜਸਟੀਫਾਈ ਕਰਦੇ ਹੋ? ਪਹਿਲੀ ਵਾਰੀ ਕਿਸੇ ਫਿਲਮ ਦੇ ਵਿੱਚ, ਪੰਜਾਬੀ ਫਿਲਮ ਦੇ ਵਿੱਚ ਇੰਨਾ ਵਧੀਆ ਹੋਰਰ ਦੇਖਣ ਨੂੰ ਮਿਲਿਆ, ਵਧੀਆ ਐਂਡ ਇੰਨਾ ਰੀਅਲਿਸਟਿਕ ਹੋਰਰ ਫੈਕਟਰ ਆਇਆ ਇਸ ਫਿਲਮ ਵਿੱਚ, ਮਤਲਬ ਜਦੋਂ ਹੋਰਰ ਵਾਲਾ ਜੋ ਵੀ ਪਾਰਟ ਸੀਗਾ, ਜੋ ਵੀ ਸੀਨ ਸੀਗੇ, ਉਹ ਬਿਲਕੁਲ ਜਸਟੀਫਾਈਡ ਸੀਗੇ, ਰੀਅਲ ਲੱਗ ਰਹੇ ਸੀਗੇ, ਆਏ ਨਹੀਂ ਲੱਗ ਰਿਹਾ ਸੀ ਕਿ ਮਤਲਬ ਆ ਕੀ ਕੁਛ ਹੋਰ ਹੀ ਕਰਤਾ ਹੈ ਨਾ। ਕਈ ਵਾਰ ਇੱਦਾਂ ਵੀ ਹੁੰਦਾ ਹੈ ਫਿਲਮਾਂ 'ਚ ਕਿ ਹੋਰਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਟ ਉਹ ਲੋਕਾਂ ਤੱਕ ਪਹੁੰਚਦਾ ਨਹੀਂ ਹੈ, ਲੋਕ ਇਨਫੈਕਟ ਹੱਸਣ ਲੱਗ ਜਾਂਦੇ ਆ ਕਿ ਜਾਲੀ ਜਿਹਾ ਹੋਰਰ ਦਿਖਾਤਾ ਨਾ। ਸੋ ਮੈਨੂੰ ਲੱਗਾ ਕਿ ਬਹੁਤ ਰੀਅਲਿਸਟਿਕ ਜਿਹਾ ਹੋਰਰ ਦਿਖਾਇਆ ਐਂਡ ਬਹੁਤ ਵਧੀਆ, ਐਂਡ ਜਦੋਂ ਉਹ ਤਨਵੀ ਗੁਰਬਾਣੀ ਆ ਕੇ ਐਂਡ ਵਿੱਚ ਉਹ ਆਪਣੀਆਂ ਲਾਈਨਸ ਬੋਲਦੀ ਹੈ ਕਿ ਮੈਂ ਵੀ ਤਾਂ ਧੀ ਹੈ ਐਂਡ ਆਲ ਆਫ ਦੈਟ, ਮਤਲਬ ਉਹ ਬਿਲਕੁਲ ਦਿਲ ਨੂੰ ਟੱਚ ਕਰਦੀ ਹੈ ਚੀਜ਼, ਐਂਡ ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ। ਮੈਮ ਫਿਲਮ ਦੀ ਜੇ ਗੱਲ ਕਰੀਏ ਕਾਸਟ ਦੀ, ਤਾਂ ਛੋਟੇ ਛੋਟੇ ਬੱਚੇ ਵੀ ਸੀਗੇ, ਸੀਨੀਅਰ ਆਰਟਿਸਟ ਨਿਰਮਲ ਰਿਸ਼ੀ ਮੈਡਮ ਵੀ ਸੀਗੇ, ਕੀ ਕੁਛ ਸਿੱਖਣ ਨੂੰ ਮਿਲਿਆ, ਨਵਾਂ ਕੁਛ ਸਿੱਖਣ ਨੂੰ ਮਿਲਿਆ? ਮੈਂ ਬਹੁਤ ਕੁਝ ਸਿੱਖਿਆ ਜੀ ਸੈੱਟ 'ਤੇ, ਮੈਂ 15 ਦਿਨ ਸ਼ੂਟ 'ਤੇ ਗਈ ਹਾਂ, ਮੈਂ ਆਪਣੀ ਝੋਲੀ ਭਰ ਕੇ ਲੈ ਕੇ ਆਈ ਹਾਂ, ਬਹੁਤ ਕੁਝ ਸਿੱਖ ਕੇ ਆਈ ਹਾਂ, ਅਨੀਤਾ ਦੇਵਗਨ ਮੈਮ ਤੋਂ ਬਹੁਤ ਕੁਝ ਸਿੱਖਿਆ, ਨਿਰਮਲ ਰਿਸ਼ੀ ਮੈਮ ਤੋਂ, ਰੁਪਿੰਦਰ ਰੂਪੀ ਜੀ ਜੋ ਮੇਰੀ ਸੱਸ ਦਾ ਕੈਰੈਕਟਰ ਪਲੇਅ ਕਰ ਰਹੇ ਸੀਗੇ, ਮੈਂ ਸਾਰੇ ਸੀਨੀਅਰ ਆਰਟਿਸਟ, ਘੁੱਗੀ ਜੀ, ਮੈਂ ਘੁੱਗੀ ਜੀ ਤੋਂ ਬਹੁਤ ਵਧੀਆ ਚੀਜ਼ ਸਿੱਖੀ ਹੈ ਕਿ ਉਹ ਇੰਨੇ ਵੱਡੇ ਆਰਟਿਸਟ, ਇੰਨੇ ਬਾਕਮਾਲ ਆਰਟਿਸਟ ਨੇ, ਉਹਨਾਂ ਨੇ ਇੰਨੀਆਂ ਫਿਲਮਾਂ ਕੀਤੀਆਂ, ਬਟ ਉਹ ਕਿਸੇ ਨੂੰ ਵੀ ਮਿਲਦੇ ਆ ਹੱਥ ਜੋੜ ਕੇ, ਬੜੇ ਪਿਆਰ ਮਾਨ ਸਤਿਕਾਰ ਨਾਲ ਮਿਲਦੇ ਆ। ਮੈਂ ਇਹ ਚੀਜ਼ ਸਿੱਖੀ ਕਿ ਚਾਹੇ ਤੁਸੀਂ ਕਿੰਨੀ ਮਰਜ਼ੀ ਉਚਾਈ 'ਤੇ ਪਹੁੰਚ ਜਾਓ, ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ, ਹਮੇਸ਼ਾ ਸਾਰਿਆਂ ਨੂੰ ਪਿਆਰ ਨਾਲ ਮਿਲਣਾ ਚਾਹੀਦਾ, ਐਂਡ ਹਮੇਸ਼ਾ ਡਾਊਨ ਟੂ ਅਰਥ ਰਹਿਣਾ ਚਾਹੀਦਾ। ਆਈ ਹੈਵ ਰੀਅਲੀ ਲਰਨ ਦੈਟ ਫਰੋਮ ਘੁੱਗੀ ਜੀ, ਐਂਡ ਆਈ ਐਮ ਸੋ ਬਲੈਸਡ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੋਰ ਕੋਈ ਜਿਹੜੀ ਖਾਸ ਅਪੀਲ ਜਿਹੜੀ ਮੈਡਮ ਦਰਸ਼ਕਾਂ ਨੂੰ ਕਰਨੀ? ਮੈਂ ਸਾਰਿਆਂ ਨੂੰ ਇਹੀ ਕਹੂੰਗੀ ਜੀ, ਪਲੀਜ਼ 7 June ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਸਾਡੀ, ਪਲੀਜ਼ ਤੁਸੀਂ ਸਾਰੇ ਜਾਣੇ ਦੇਖੋ ਜਾ ਕੇ, ਰੀਤ ਦੇ ਕੈਰੈਕਟਰ ਨੂੰ ਬਹੁਤ ਸਾਰਾ ਪਿਆਰ ਦਿਓ, ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਮੈਨੂੰ, ਮੈਂ ਬਹੁਤ ਕੰਮ ਕੀਤਾ ਹੈ, ਹਮੇਸ਼ਾ ਤੁਸੀਂ ਪਿਆਰ ਦਿੱਤਾ ਹੈ, ਅੱਗੇ ਅੱਗੇ ਫਿਲਮਾਂ 'ਚ ਵੀ ਪਲੀਜ਼ ਮੈਨੂੰ ਬਹੁਤ ਸਾਰਾ ਪਿਆਰ ਦਿਓ, ਮੈਨੂੰ ਐਕਸੈਪਟ ਕਰਿਓ।
ਖੁੱਲ੍ਹੇ ਹੱਥਾਂ ਨਾਲ। ਥੈਂਕ ਯੂ ਜੀ। ਉਮੀਦ ਕਰਦੇ ਹਾਂ ਕਿ ਦਰਸ਼ਕ ਤੁਹਾਨੂੰ ਖੁੱਲ੍ਹੇ ਹੱਥਾਂ ਦੇ ਨਾਲ ਹੀ ਸਵਾਗਤ ਕਰਨੇ ਕਿ ਸਿਨੇਮਾ ਘਰਾਂ ਦੇ ਵਿੱਚ ਵੀ ਤੁਹਾਡੀ ਐਕਟਿੰਗ ਨੂੰ ਬਹੁਤ ਪਿਆਰ ਦੇਣਗੇ। ਬਹੁਤ ਬਹੁਤ ਧੰਨਵਾਦ ਮੈਡਮ ਗੱਲ ਕਰਨ ਦੀ, ਅਤੇ ਫਿਊਚਰ ਦੇ ਲਈ ਵੀ ਜਿਹੜੀਆਂ ਵੀ ਤੁਸੀਂ ਫਿਲਮਾਂ ਕਹੋ ਉਹਨਾਂ ਲਈ ਬੈਸਟ ਆਫ ਲੱਕ।